ਖੇੜੀ ਨੋਤ ਸਿੰਘ ਪੁਲਿਸ ਨੇ ਨਜ਼ਦੀਕ ਪਿੰਡ ਰਿਆ ਦੇ ਇੱਕ ਘਰ ਦੀ ਤਲਾਸ਼ੀ ਲੈਣ ਤੇ ਘਰ ਚੋਂ ਭਾਰੀ ਮਾਤਰਾ 'ਚ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ SP ਜਾਂਚ ਹਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਖੇੜੀ ਨੋਤ ਸਿੰਘ ਗਗਨਪ੍ਰੀਤ ਸਿੰਘ ਨੂੰ ਗੁਰਜੰਟ ਸਿੰਘ ਵਾਸੀ ਰਿਆ ਦੇ ਘਰ ਨਸ਼ੀਲਾ ਪਦਾਰਥ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਉਹ ਸ਼ਨੀਵਾਰ ਸਵੇਰੇ ਘਰ ਦੀ ਤਲਾਸ਼ੀ ਲੈ ਰਹੇ ਸਨ ਤਾਂ ਗੁਰਜੰਟ ਸਿੰਘ ਪੁਲਿਸ ਨੂੰ ਦੇਖ ਕੇ ਕਾਲੇ ਰੰਗ ਦਾ ਲਿਫਾਫਾ ਲੈ ਕੇ ਭੱਜਣ ਲੱਗਾ, ਜਿਸ ਨੂੰ ਪੁਲਿਸ ਨੇ ਜਦੋਂ ਕਾਬੂ ਕਰਕੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਲਿਫਾਫੇ 'ਚੋਂ 1 ਕਿਲੋ 800 ਗ੍ਰਾਮ ਅਫੀਮ ਬਰਾਮਦ ਹੋਈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਥਾਣਾ ਖਮਾਣੋ ਵਿਖੇ 2 ਕਿਲੋ 10 ਗ੍ਰਾਮ ਅਤੇ ਥਾਣਾ ਖੰਨਾ ਵਿਖੇ 8 ਕਿਲੋ ਤੋਂ ਇਲਾਵਾ ਥਾਣਾ ਖਮਾਣੋ ਵਿਖੇ ਅਫੀਮ ਦੇ ਹੋਰ 3 ਮਾਮਲੇ ਦਰਜ ਹਨ। ਪੁਲਿਸ ਨੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਜੀ ਸਾਡੇ ਖੇੜੀ ਨੋਤ ਸਿੰਘ ਵਾਲਿਆਂ ਦੀ ਬਹੁਤ ਵਧੀਆ ਖਬਰੀ ਹੈ। ਮਾਨਯੋਗ SSP ਸਾਹਿਬ ਦੀਆਂ ਆਦੇਸ਼ਾਂ ਦੇ ਅਧੀਨ ਜਿਹੜੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਅਤੇ ਸਾਡੇ ਥਾਣੇਦਾਰ ਸਰਪੰਚ ਸਿੰਘ ਨੂੰ ਇੱਕ ਇਨਫੋਰਮੇਸ਼ਨ ਮਿਲੀ ਵੀ ਗੁਰਜੰਟ ਸਿੰਘ ਜਿਹੜਾ ਇਸ ਟਾਈਮ ਘਰ ਮੌਜੂਦ ਹੈ ਉਦੋਂ ਕੋਈ ਨਸ਼ੀਲਾ ਸਮਾਨ ਹੈਗਾ ਜਿਹੜਾ ਉਹ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰਦਾ ਅਤੇ ਇਸ ਟਾਈਮ ਘਰ ਉਹਨੇ ਜਾਣਾ ਅਤੇ ਉਸਨੇ ਇਨਫੋਰਮੇਸ਼ਨ ਥਾਣੇ ਦਿੱਤੀ ਕਿ ਇੱਦਾਂ ਇੱਦਾਂ ਹੈਗਾ ਵੀ ਮੈਨੂੰ ਸ਼ੱਕ ਆ ਵੀ ਉਹ ਘਰ ਹੈਗਾ, ਮੈਂ ਉੱਥੇ ਚੱਲਿਆ ਅਤੇ IO ਭੇਜਿਆ ਜਾਵੇ ਅਤੇ ਬਾਲ ਅਤੇ ਤੁਰੰਤ ਕਾਰਵਾਈ ਕਰਦਿਆਂ SHO ਖੇੜੀ ਨੋਤ ਸਿੰਘ ਗਗਨਦੀਪ ਸਿੰਘ ਨੇ ਮੌਕਾ 'ਤੇ ਪੁਲਿਸ ਪਾਰਟੀ ਸਮੇਤ ਆਇਆ ਜਿਸ 'ਤੇ ਮਤਲਬ ਇਹੋ ਜਿਹਾ ਜਿਹੜੀ ਹੈਗੀ ਸਾਡੀ ਇਹ ਰੇਡ ਸੀਗੀ ਜੇ ਮੇਰੇ ਖਿਆਲ ਇੱਕ ਅੱਧਾ ਮਿੰਟ ਵੀ ਲੇਟ ਹੋ ਜਾਂਦਾ ਤਾਂ ਉਹ ਨਿਕਲ ਜਾਂਦਾ। ਉਹ ਫੜਿਆ ਆਇਆ ਅਤੇ ਉਹਦੇ ਹੱਥ ਵਿੱਚ ਪੋਲੀਥੀਨ ਦਾ ਲਿਫਾਫਾ ਸੀਗਾ, ਉਹ ਨਿਕਲ ਨਹੀਂ ਲੱਗੇ ਸੀ ਅਤੇ ਇਹਨਾਂ ਨੇ ਉਹਨੂੰ ਰੋਕਿਆ ਅਤੇ ਚੈੱਕ ਕਰਨੀ ਚਾਹੀਦੀ ਅਤੇ ਜਿਸ 'ਤੇ ਜਿਹੜੀ ਹੈਗੀ ਆ ਰਿਕਵਰੀ ਸਾਡੇ DSP ਧਰਮਪਾਲ ਜੀ ਸਬ ਡਿਵੀਜ਼ਨ ਖਮਾਣੋ ਦੇ ਰਹਿਨਮਾਈ ਹੇਠ ਹੋਈ ਆ ਇਹ ਸਾਰੀ। ਉਹਨਾਂ ਨੇ ਆ ਕੇ ਚੈਕਿੰਗ ਕੀਤੀ ਆ, ਚੈਕਿੰਗ ਦੌਰਾਨ ਜਿਹੜੀ ਉਹਦੇ ਕੋਲੋਂ 1 ਕਿਲੋ 800 ਗ੍ਰਾਮ ਅਫੀਮ ਗੁਰਜੰਟ ਸਿੰਘ ਕੋਲੋਂ ਪਾਸੋਂ ਮਿਲੀ ਆ ਔਰ ਇਸ 'ਤੇ ਪਹਿਲਾਂ ਵੀ 3-4 ਮੁਕੱਦਮੇ ਜਿਹੜੇ ਹੈਗੇ NDP ਸੈਕਟ 'ਤੇ ਲੜਾਈ ਝਗੜੇ ਦਰਜ ਨੇ, ਜਿਹੜੇ ਪਹਿਲਾਂ ਵੀ ਸਜ਼ਾ ਜਾਪੀ ਆ ਅਤੇ ਕੁਝ ਮੁਕੱਦਮੇ ਅੰਡਰ ਟ੍ਰਾਇਲ ਚੱਲ ਰਹੇ ਨੇ ਅਤੇ ਬਾਕੀ ਇਹ ਕਿੱਥੋਂ ਲਿਆ ਕੇ ਵੇਚਦਾ ਸੀ ਕਿੱਥੇ ਦਿੰਦਾ ਸੀ ਉਹ ਦੇਖਣ ਵਾਲੀ ਗੱਲ ਆ। ਇੱਕ ਤਾਂ ਇਹ ਹੈਗਾ ਵੀ ਇਹ ਜਿਹੜਾ ਹੈਗਾ ਸਪਲਾਈ ਕਰਦਾ ਸੀ ਇਹ ਪਰਚੂਨ 'ਚ ਨਹੀਂ ਕਰਦਾ ਸੀ, ਗਾਹਾਂ ਅੱਗੇ ਜੋ ਆਉਂਦਾ 1-1.5 ਕਿਲੋ 2 ਕਿਲੋ ਦੇ ਹਿਸਾਬ ਨਾਲ ਇਹ ਦਿੰਦਾ ਸੀ। ਇਹਨੂੰ ਅਸੀਂ ਕਾਫੀ ਦੇਰ ਤੋਂ ਤਾਕ ਸੀਗੇ ਅਤੇ ਜਿਹੜਾ ਅੱਜ ਇਹਨੂੰ ਰਾਊਂਡ ਅਪ ਕਰਕੇ ਇੱਕ ਬਹੁਤ ਵੱਡੀ ਉਪਲਬਧੀ ਹੈ ਅਤੇ ਹੋਰ ਅੱਗੇ ਇਹਦੀ ਸਪਲਾਈ ਲੈਣ ਕਿਹੜੀ ਸੀ ਔਰ ਗਾਹਾਂ ਕਿੱਥੇ ਸਪਲਾਈ ਕਰਦਾ ਸੀ ਇਹ ਇਨਵੈਸਟੀਗੇਸ਼ਨ 'ਚ ਇਹਨੂੰ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਜੋ ਵੀ ਹੋਊਗਾ ਅਤੇ ਵੀ ਕਾਰਵਾਈ ਅਸੀਂ ਅਮਲ ਲਿਆਵਾਂਗੇ। ਹੋਰ ਕਿਹੜੇ ਕਿਹੜੇ ਨਾਲ ਇਹਦੇ ਨਾਲ ਹੈਗੇ ਨੇ ਅਤੇ ਉਹਨਾਂ ਨੂੰ ਵੀ ਜਲਦੀ ਰਾਊਂਡ ਅਪ ਕਰਾਂਗੇ। ਫਤਿਹਗੜ੍ਹ ਸਾਹਿਬ ਤੋਂ ਸੰਦੀਪ ਅਰੋੜਾ ਦੀ ਰਿਪੋਰਟ।